ਟਰੈਕਟਰ ਮੰਡੀ ਕੋਚਨ ਨੂੰ ਕਰੋ ਸਬਸਕ੍ਰਾਈਬ ਜੀ ਰੈੱਡ ਬਟਨ ਉੱਤੇ ਕਲਿੱਕ ਕਰਕੇ, ਅਤੇ ਨਾਲ ਦੀ ਨਾਲ ਐਪਲੀਕੇਸ਼ਨ ਪਾਉਣ ਲਈ ਜੀ ਘੰਟੀ ਦੇ ਆਈਕਨ ਨੂੰ ਦਬਾਓ ਜੀ। ਇਸ ਦਾ ਫਾਇਦਾ ਇਹ ਹੋਊਗਾ ਜੀ ਤੁਹਾਨੂੰ ਤੁਰੰਤ ਹੀ ਨੋਟੀਫਿਕੇਸ਼ਨ ਮਿਲ ਜਾਇਆ ਕਰਨਗੀਆਂ ਜੀ। ਸਤਿ ਸ਼੍ਰੀ ਅਕਾਲ ਆਈ ਸਾਰਿਆਂ ਨੂੰ, ਕੀ ਹਾਲ ਆਈ ਸਾਰਿਆਂ ਦਾ, ਉਮੀਦ ਹੋਊਗੀ ਤੁਸੀਂ ਸਾਰੇ ਠੀਕ ਹੀ ਹੋਵੋਗੇ ਜੀ। ਵੀਰੋ, ਅੱਜ ਆਪਾਂ ਤੁਹਾਡੇ ਵਾਸਤੇ ਇਸ ਵੀਡੀਓ ਦੇ ਵਿੱਚ ਇੱਕ ਤਾਂ ਜੀ ਸੁਹਾਗੇ ਬਾਰੇ ਗੱਲਬਾਤ ਕਰਾਂਗੇ ਜੀ, ਅਤੇ ਇੱਕ ਸਕਾਰਪੀਓ ਗੱਡੀ ਬਾਰੇ ਜੀ। ਵੀਰੋ, ਜੇਕਰ ਕੋਈ ਵੀ ਵੀਰ 10 ਫੁੱਟਾ 11 ਫੁੱਟਾ ਸੁਹਾਗਾ ਬਣਵਾਉਣਾ ਚਾਹੁੰਦਾ ਜੀ, ਤਾਂ ਉਹ ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਕੇ ਜੀ, ਜੋ ਕਿ ਕੰਟੈਕਟ ਨੰਬਰ ਹੈ ਜੀ 9872301504, ਇਹ ਵੀਰ ਦਾ ਕੰਟੈਕਟ ਨੰਬਰ ਹੈ ਜੀ। ਤੁਸੀਂ ਇਸ ਕੰਟੈਕਟ ਨੰਬਰ ਉੱਤੇ ਜੀ ਕਾਲ ਕਰਕੇ ਆਪਣੇ ਸੁਹਾਗਾ ਬਣਵਾ ਸਕਦੇ ਹੋ ਜੀ। 12 ਫੁੱਟੇ ਸੁਹਾਗੇ ਦਾ ਰੇਟ ਹੈ ਜੀ 19,500 ਜੀ, ਹਿੱਸਾ ਹੁੱਕ ਨਾਲ ਹੈ ਜੀ। ਅਤੇ ਜਿਹੜਾ ਵੀਰ ਇਸ ਸੁਹਾਗੇ ਨੂੰ ਬਣਵਾਉਣ ਦਾ ਚਾਹਵਾਨ ਹੈ ਜੀ, ਉਹ ਇਹਨਾਂ ਵੀਰਾਂ ਨਾਲ ਫੋਨ 'ਤੇ ਗੱਲਬਾਤ ਕਰਕੇ ਜੀ ਸੁਹਾਗੇ ਬਣਵਾ ਸਕਦਾ ਜੀ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਾਂ ਸਕਾਰਪੀਓ ਗੱਡੀ ਬਾਰੇ ਜੀ। 2011 ਮਾਡਲ ਗੱਡੀ ਹੈ ਜੀ, ਅਤੇ 80,000 ਕਿਲੋਮੀਟਰ ਚੱਲੀ ਹੈ ਜੀ, ਅਤੇ ਚਾਰੇ ਟਾਇਰ ਬਿਲਕੁਲ ਨਿਊ ਨੇ ਜੀ। ਅਤੇ ਗੱਡੀ ਦਾ ਪ੍ਰਾਈਜ਼ ਜੀ 5,50,000 ਰੁਪਏ ਪ੍ਰਾਈਜ਼ ਹੈ ਜੀ। ਅਤੇ ਵੀਰ ਦਾ ਕੰਟੈਕਟ ਨੰਬਰ ਜੀ ਸਕਰੀਨ ਉੱਤੇ ਸ਼ੋ ਹੋ ਰਿਹਾ ਜੀ 75348 62466, ਇਹ ਵੀਰ ਦਾ ਕੰਟੈਕਟ ਨੰਬਰ ਹੈ ਜੀ। ਤੁਸੀਂ ਇਸ ਕੰਟੈਕਟ ਨੰਬਰ ਉੱਤੇ ਕਾਲ ਕਰਕੇ ਜੀ ਇਸ ਗੱਡੀ ਦੀ ਡੀਲ ਨੂੰ ਕੰਪਲੀਟ ਕਰ ਸਕਦੇ ਹੋ ਜੀ। ਅਤੇ ਜਿਹੜਾ ਇਹ ਵੀਰ ਸਾਡੇ ਆਪਣੀ UP ਨੰਬਰ ਹੈ ਜੀ ਗੱਡੀ, ਅਤੇ ਜਿਹੜਾ ਇਹ ਵੀਰ ਆਪਣੀ ਕਿਸੇ ਵੀ ਗੱਡੀ ਕਾਰ ਮੋਟਰਸਾਈਕਲ ਨੂੰ ਜਾਂ ਟਰੈਕਟਰ ਨੂੰ ਸੇਲ ਕਰਨਾ ਚਾਹੁੰਦਾ ਜੀ, ਉਹ ਸਾਡੇ ਜੋ ਕਿ ਸਕਰੀਨ ਉੱਤੇ ਨੰਬਰ ਦਿਖਾਇਆ ਜਾ ਰਿਹਾ ਜੀ 8146648 4548 ਉੱਤੇ ਜੀ 5 ਤੋਂ 6 ਫੋਟੋਆਂ ਜੀ ਫੋਨ ਨੂੰ ਟੇਢਾ ਕਰਕੇ, ਅਤੇ ਸਾਰੀ ਜਾਣਕਾਰੀ ਜੀ ਸਾਡੇ ਵਟਸਐਪ ਨੰਬਰ ਉੱਤੇ ਭੇਜ ਸਕਦੇ ਜੀ। ਉਸ ਤੋਂ ਬਾਅਦ ਆਪਾਂ ਜੀ YouTube ਉੱਤੇ ਐਡ ਲਾ ਦੇਵਾਂਗੇ ਜੀ। ਅਤੇ ਵੀਰੋ, ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਜੀ ਆਪਾਂ ਕਮੈਂਟਸ ਬਾਰੇ, ਬਾਅਦ ਗੱਲਬਾਤ ਕਰਦੇ ਹਾਂ ਜੀ ਜਿਹੜੇ ਵੀਰਾਂ ਨੇ ਕਮੈਂਟ ਕੀਤੇ ਸੀਗੇ ਜੀ। ਅਨਮੋਲ, ਹੈਰੀ, ਰਜਵਿੰਦਰ, ਗੁਰਪਾਲ ਅਤੇ ਏਕਮ ਨੇ। ਅਤੇ ਵੀਰੋ, ਜਿਹੜਾ ਤੁਹਾਨੂੰ ਆ ਸਕਰੀਨ ਉੱਤੇ ਤੀਰ ਦੇ ਨਿਸ਼ਾਨ ਰੈਡ ਤੀਰ ਦੇ ਨਿਸ਼ਾਨ ਉੱਤੇ ਗੋਲ ਜਿਹਾ ਆਈਕਨ ਦਿਖ ਰਿਹਾ ਹੈ ਜੀ, ਇਹਦੇ ਉੱਤੇ ਕਲਿੱਕ ਕਰਕੇ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਨਾਲੇ ਵੀਡੀਓ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ ਜੀ, ਕਮੈਂਟ ਜ਼ਰੂਰ ਕਰਿਓ ਜੀ, ਨਾਲੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਇਹਦਾ ਫਾਇਦਾ ਇਹ ਹੋਊਗਾ ਜੀ ਤੁਹਾਨੂੰ ਆਉਣ ਵਾਲੇ ਅਪਡੇਟਸ ਦੀਆਂ ਜੀ ਤੁਰਤੀ ਨਿਊਜ਼ ਮਿਲਦੀਆਂ ਰਹਿਣਗੀਆਂ ਜੀ।